ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਸ਼ਹਿਰ ਅਜਨਾਲਾ, ਤਹਿਸੀਲ ਵੀ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਸੁਣ ਮੇਰੇ ਕੋਲ ਆਪਾਂ ਪਹੁੰਚ ਚੁੱਕੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 3 ਗਾਵਾਂ ਦਿਖਾਉਣੀਆਂ, ਜਿਨ੍ਹਾਂ ਦੇ ਵਿੱਚੋਂ ਇੱਕ ਤੁਹਾਨੂੰ ਤੋਕੜ ਗੱਭਣ ਦਿਖਾਉਣੀ ਆ ਵਾਲੀ, ਇੱਕ ਤੁਹਾਨੂੰ ਵਾ ਗੱਭਣ ਦਿਖਾਵਾਂਗੇ, ਅਤੇ ਇੱਕ ਐਂਡ 'ਤੇ ਤੁਹਾਨੂੰ ਵਾ ਬੱਚੇ ਤੋਂ ਬਗੈਰ ਜਿਹੜੀ ਤੁਹਾਨੂੰ ਦਿਖਾਉਣੀ ਤੋਕੜ। ਗੱਲਬਾਤ ਆਪਾਂ ਵੀ ਇੱਦਾਂ ਕਰਦੇ ਹਾਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਭਾਈ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾ, ਠੀਕ ਠਾਕ ਜੀ? ਠੀਕ ਠਾਕ, ਵਧੀਆ ਭਾਈ। ਵੇਖ ਗਿਆ ਫਿਰ ਪਰਸੋਂ ਵਾਲਾ? ਬਾਹਰ ਤੇ ਉਸੇ ਲਈ ਵੇਖ ਜਾਂਦਾ, ਮਿੰਟੋ ਮਿੰਟ ਆਪਣਾ ਮਾਰੀ ਕਰ ਪਾਣਾ। ਠੀਕ ਹੈ ਹਾਂਜੀ, ਬੋਲ ਆਪਣੇ ਜਾਇਜ਼ ਹੁੰਦੇ ਆ। ਠੀਕ ਹੈ, ਝੱਟ ਵੇਖ ਜਾਂਦਾ ਵਾ। ਤੇ ਨਾਮ ਦੱਸ ਦੇ ਕਰੀ ਆਪਣਾ। ਨਾਮ ਸੋਨੂੰ ਸ੍ਰੀ ਜੀ ਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲ ਦੇ ਕਰੀ। 98 65 65। ਠੀਕ ਹੈ ਜੀ। ਹਾਂਜੀ, ਤੇ ਸ਼ੁਰੂਆਤ ਫਿਰ ਆ ਪਹਿਲੇ ਨੰਬਰ ਵਾਲੀ ਗੱਭਣ ਤੇ ਕਰ ਲਈਏ, ਹੈ ਨਾ? ਦੋਂਦੀ ਵਸੀ ਜੀ। ਅੱਛਾ, ਦੋ ਦੰਦ ਦੇ ਮੂੰਹ। ਠੀਕ ਹੈ, ਉਦਣ ਇੱਕ ਦੋ ਦੰਦ ਤੋਕੜ ਗੱਭਣ ਪਾਈ ਹੈ, ਦੋ ਦੰਦ। ਇਹ ਇਹ ਤਿਆਰ ਜੇ ਮਤਲਬ ਹੈ। ਅੱਛਾ, ਥੋੜੀ ਬੜੀ ਦੇਖੋ। ਆਹੋ, ਉਦਾਂ ਨਹੀਂ ਪੈਗੀ ਜਿਦਾ ਕਿ ਗਰਮਾ ਜਲਦੀ ਧੜ ਕੇ ਆ ਗਿਆ। ਥੋੜਾ ਪਤਾ ਉਤਰਾਂ ਡਰਦੀ ਹੈ। ਦੇਖੋ ਸੀਲ ਆ ਨਾਲ। ਠੀਕ ਹੈ ਜੀ। ਇਹਦੇ ਕੋ ਤਾਂ ਲੱਤਾਂ ਤਾਂ ਮਾਰਨ ਨਹੀਂ ਚੁਰੀ ਹੈਗੀ ਜੀ। ਠੀਕ ਹੈ। ਹਾਂਜੀ, ਤੇ ਦੁੱਧ ਕਿੰਨਾ ਕੁ ਚਵਾ ਜੂਗੀ? ਦੁੱਧ ਪਾਈ ਜਿਹਦਾ ਸ਼ਾਹੀਵਾਲ ਦਾ ਪੱਖ ਰੱਖੀ ਥੋੜਾ ਜਿਹਾ। ਹਾਂਜੀ ਹਾਂਜੀ, ਚਲੋ ਠੰਡੀ ਠੰਡੀ ਆ, ਤੋਂ ਪਹਿਲਾ ਸੁਬਾ ਦੁੰਦੀ ਆ। ਹਾਂਜੀ, 10 ਕਿਲੋ ਵਧੀਆ ਆਰਾਮ ਨਾਲ ਕੱਢੀ ਜੂਗੀ, ਐਵੇਂ 12 13 ਕਿਲੋ ਤੇ ਨਹੀਂ, ਚਲੋ 10 ਕਿਲੋ ਵੱਧ ਕੱਢ ਦੋਗੇ ਸੇਵਾ ਹਿਸਾਬ ਨਾਲ। ਅੱਛਾ, ਨਹੀਂ ਤਾਂ ਇੰਨਾ ਕੁ ਕੱਢੀ ਜੂ ਵਧੀਆ 10 ਕਿਲੋ ਜਿਹੜਾ ਕੱਢੀ ਵਧੀਆ ਆਰਾਮ ਦੇ ਨਾਲ। ਠੀਕ ਹੈ ਜੀ। ਹਾਂ, ਦੇਖ ਸਕਦੇ ਥਾਣੇ ਦੇ ਤੌਰ ਦਾ ਵੀਰ ਜੀ ਇੱਕ ਇਹ ਭਾਈ ਬੰਨਾ ਉੱਤੇ ਲਾ ਲੂ ਲੱਭਣੀਆਂ ਉਹ ਚੀਜ਼। ਅਜੇ ਹਵਾਨਾ ਜਿਹੜਾ ਤਿਆਰ ਕਰਨਾ, ਇਹਨੇ ਦੰਦ ਚੈੱਕ ਕਰਾ ਦਈਏ ਤੇ ਵੀਰ ਜੀ ਫਿਰ। ਠੀਕ ਹੈ ਜੀ। ਇਹ ਕਈ ਬੰਦੇ ਕਹਿੰਦੇ ਗਰਮੇ ਨਾ ਹੋਵੇ, ਠੰਡੀ ਆ। ਹਾਂ ਹਾਂਜੀ ਹਾਂਜੀ, ਠੰਡੀ ਚੀਰੀ ਆ। ਇਹ ਦੇਖੋ, ਠੀਕ ਹੈ ਜੀ। ਦੰਦ ਚੈੱਕ ਕਰਾ ਲਈਏ। ਥੋੜਾ ਜਿਹਾ ਡਰਦੀ ਡਰਦੀ ਜੀ ਆ, ਮੂੰਹ ਫੜਿਆ ਨਹੀਂ ਹੋਣਾ ਕਦੀ ਕਿਸੇ ਨੇ। ਕੋਈ ਨਹੀਂ, ਰਹਿਣ ਦੇ ਵਿਦਿਆ, ਮੈਂ ਸੱਟ ਲਵਾ ਦੂੰ। ਬੂਆ ਹੀ ਨਾ ਟੁੱਟ ਜੇ ਪਿੱਛੇ ਪੈ ਚ। ਵੀਰ ਜੀ ਨੇ ਹੱਥ ਪਾ ਲਿਆ ਜਿੱਥੋਂ ਉੱਥੋਂ ਛੁੱਟਦਾ ਨਹੀਂ ਨਾ। ਠੀਕ ਹੈ। ਦੰਦ ਵੀਰ ਜੀ ਨੇ ਕਹਿੰਦੇ ਕਿ ਆਪਾਂ ਚੈੱਕ ਕਰਾ ਕੇ ਛੱਡਨੇ ਆ। ਆ ਦੇਖ ਸਕਦੇ ਜੇ, ਅਜੇ ਜਿਹੜਾ ਇੱਕ ਦੰਦ ਇੱਧਰਲਾ ਫੁੱਟਿਆ ਵਾ। ਠੀਕ ਹੈ ਵੀਰ ਜੀ, ਲੈ ਜੇ ਬੰਦ ਆ ਜੀ, ਹੁਣ ਚੰਗੀ ਤਰ੍ਹਾਂ ਦੇਖ ਸਕ ਚੰਗੀ ਤਰ੍ਹਾਂ ਹੁਣ ਦੇਖ ਸਕਦੇ ਜੀ। ਠੀਕ ਹੈ ਜੀ। ਬਾਕੀ ਸੀਲ ਦੀ ਤਾਂ ਕੋਈ ਗੱਲ ਨਹੀਂ ਹੈਗੀ ਵੀਰ ਲੋ। ਠੀਕ ਹੈ ਠੀਕ ਹੈ ਵੀਰ ਜੀ, ਲੈ ਜਾਓ ਜੀ। ਭਾਈ ਭਾਈ ਗਰਮ ਹੁੰਦੀਆਂ ਵਾ। ਹਾਂਜੀ ਹਾਂਜੀ, ਉਤਰਾ ਠੰਡੀ ਧੀਰੀ ਆ, ਬਸ ਥੋੜਾ ਡਰਦੀ ਡਰਦੀ ਜੀ ਆ, ਢਿੱਲਾ ਹਵਾਨੇ ਜੇ ਜੇ ਕਾਫੀ ਆ। ਤੇ ਕੀ ਫਿਰ ਮੁੱਲ ਜੇ ਵਿਧੀ ਰਾ? ਡਰਦੀ ਬੜਾ ਘੱਟ ਥੋੜਾ। ਮੁੱਲ ਕੀ ਰੱਖਣਾ ਜੇ ਤਾਂ ਫਿਰ? ਮੁੱਲ ਇਹਦਾ 22,000 ਰੁਪਏ। 22,000 ਛੋਟਾ ਹੀ ਹੋ ਜੂ ਮਾਨ ਤਨ ਵਿੱਚੋਂ। 21,000 ਦੀ ਭਾਈ ਦੇਵਾਂਗੇ। 21,000 ਦੀ ਮਾੜੀ ਬਣਾਓ ਇਹਦੇ ਨਾਲ ਕੇ ਗਾੜੀ। 21,000 ਦੀ ਵਿਧੀ ਨਹੀਂ ਕਹਿੰਦੇ ਕਿ ਜਿਹੜੀ ਆਪਾਂ ਦੇ ਦੇਵਾਂਗੇ ਥਾਣਾ, ਇਹਦੇ ਇੱਕ ਦੀ ਲਾ ਕੇ ਤਾਂ ਦੇਖ ਸਕਦੇ ਜੇ ਚੰਗੀ ਤਰ੍ਹਾਂ। ਠੀਕ ਹੈ ਜੀ। ਹੁਣ ਜਿਹੜੀ ਆਪਾਂ ਇੱਕ ਤੋਕੜ ਗੱਭਣ ਦਿਖਾਉਣੀ ਆ, ਜਰਸੀ ਇੱਕ ਤਾਂ ਤੋਕੜ ਗੱਭਣ ਦਿਖਾਵਾਂਗੇ। ਕਿੰਨਾ ਚਿਰ ਦੀ ਗੱਭਣ ਚ ਵਿੱਧੀ ਹੈ? 4 ਮਹੀਨੇ ਦੀ ਗੱਭਣ ਜੀ। ਚੈੱਕ ਪਾਸ? ਚੈੱਕ ਭਾਈ ਪਾਸ। ਤੇ ਦੁੱਧ ਕਿੰਨਾ ਜੀ? ਦੁੱਧ 7 ਤੋਂ ਬਾਅਦ 8 ਲੱਗ ਜਾਏਗਾ। ਅੱਛਾ, 8 ਤੋਂ 7-8 ਲੀਟਰ ਜਿਹੜਾ ਹੈਗਾ ਪੱਕਾ ਦੁੱਧ 7 ਤੋਂ ਬਾਅਦ ਹੀ ਜੀ। ਅੱਛਾ ਜੀ, ਤੇ ਇਹਦਾ ਕੀ ਮੁੱਲ ਜੀ ਫਿਰ? ਇਹਦਾ ਮੁੱਲ ਖੋਲ ਕੇ ਤੋਂ ਵਧੀਆ ਪੜੀ ਜੀ, ਖੋਲ ਕੇ ਤੋੜ ਕੇ ਦਿਖਾਈਏ। ਵਿੱਧੀ ਨਹੀਂ ਕਹਿੰਦੇ ਕਿ 4 ਮਹੀਨਿਆਂ ਦੀ ਗੱਭਣ ਆ ਜਿਹੜੀ, ਤੇ ਦੁੱਧ ਜਿਹੜਾ 7-8 ਲੀਟਰ ਦੱਸਦੇ ਆ ਇਹਦੇ ਕੋਲ। ਜਿਹੜਾ ਦੇਖ ਸਕਦੇ ਇਹਦਾ ਥੱਲਿਆ ਦੁੱਧ ਭਾਈ, ਚਲੋ ਹੁਣ 7 ਤੋਂ ਬਾਹਰ ਆ, ਸੱਜਾ ਦੁੱਧ ਜ਼ਿਆਦਾ ਨਹੀਂ, 15-16 ਕਿਲੋ ਵਧੀਆ ਆਰਾਮ ਨਾਲ ਭਰੂਗੀ। ਠੀਕ ਆ। ਹਾਂਜੀ, ਤੇ ਕੀ ਮੁੱਲ ਜੇ ਇਹਦਾ ਫਿਰ? ਮੁੱਲ ਇਹਦਾ ਹੈਗਾ 26,000, ਪਰ 24,000 ਦੇ ਦਾਂਗੇ। ਅੱਛਾ, 24,000 ਦੀ ਦੇ ਦੋਗੇ? 24,000 ਦੇ ਦਾਂਗੇ। ਕਰ ਦੋਗੇ ਮਾਨ ਵਿੱਚੋਂ? ਕਰ ਦਾਂਗੇ ਭਾਈ 2-400। ਠੀਕ ਆ ਜੀ। ਤੇ ਹੁਣ ਜਿਹੜੀ ਆਹ ਵਾ ਇੱਕ ਗਾਂ, ਤੇ ਕਾਫੀ ਵੱਡੇ ਕੱਦ ਕਾਠ ਵਾਲੀ ਆ। ਦੇਖੋ ਦੁੱਧ 8 ਕਿਲੋ ਜੇ, 8 ਲੀਟਰ ਦੁੱਧ ਜਿਹੜਾ ਇਹਦੇ ਕੋਲ ਦੱਸ ਦੇ, ਤੇ ਬਾਕੀ ਉਂਝ ਕਿਸੇ ਚੰਗੇ ਰਿਕਾਰਡ ਵਾਲੀ ਜਾਪਦੀ ਆ। ਗਾਂ ਬਣੀ ਵੀ ਦੀ ਕਿ ਨਹੀਂ? ਗਾਂ ਭਾਈ ਬਣੀ ਨੂੰ ਕੋਈ 20-25 ਦਿਨ, 25 ਦਿਨ ਦੇ ਲੱਗ ਜਾਗੇ ਹੋ ਗਏ ਆ। ਅੱਛਾ, ਕੀ ਗਾਂ ਨਾਲ ਦੇ ਭਰਾਇਆ ਵੇਖੋ, ਪਾਸ ਅਸੀਂ ਕੰਨਾਂ 'ਚ ਦੋ ਦੋ ਮਰੀ ਵਾਲੇ ਪਏ ਜੀ। ਠੀਕ ਹੈ ਜੀ। ਆਹੋ ਠੀਕ ਹੈ ਜੀ।
थोड़ा जा फर्क है अपनी चेक पास करा खड़े अपनी समझ के हिसाब ना खड़े जी। हां जी दोस्तों, वीडियो पूरा देखने लई बहुत बहुत धन्यवाद जी।